ਇੱਕ ਨੂੰਹ ਦੇ ਵੱਲੋਂ ਆਪਣੀ ਸੁੱਤੀ ਪਈ ਸੱਸ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਗਲ ਦੇ ਉੱਤੇ ਸਾਗ ਕੱਟਣ ਵਾਲੇ ਦਾਤ ਦੇ ਨਾਲ ਵਾਰ ਕੀਤੇ ਗਏ ਨੇ। ਤੜਕਸਾਰ ਇਸ ਨੂੰਹ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਖੂਨ ਦੇ ਨਾਲ ਲੱਥ-ਪੱਥ ਬਜ਼ੁਰਗ ਦੀ ਲਾਸ਼ ਘਰ ਦੇ ਵਿੱਚੋਂ ਬਰਾਮਦ ਹੋਈ। ਲਹਿਰਾ ਗਾਗਾ ਦੇ ਨਜ਼ਦੀਕੀ ਪਿੰਡ ਲਿਹਲ ਕਲਾਂ ਦਾ ਇਹ ਪੂਰਾ ਮਾਮਲਾ, ਜਿੱਥੇ ਇੱਕ ਨੂੰਹ ਦੇ ਵੱਲੋਂ ਬੜੀ ਬੇਰਹਿਮੀ ਦੇ ਨਾਲ ਤੇਜ਼ ਧਾਰ ਹਥਿਆਰ ਮਾਰ ਕੇ ਆਪਣੀ ਸੱਸ ਦਾ, ਜੋ ਕਿ ਸੁੱਤੀ ਪਈ ਸੀ, ਉਸਦਾ ਕਤਲ ਕੀਤਾ ਗਿਆ। ਹਾਲੇ 9 ਸਾਲ ਪਹਿਲਾਂ ਵਿਆਹ ਕੇ ਇਸ ਘਰ ਦੇ ਵਿੱਚ ਇਹ ਨੂੰਹ ਆਈ ਸੀ, ਜੋ ਘਰੇਲੂ ਕਲੇਸ਼ ਦੇ ਚੱਲਦੇ ਆਪਣੀ ਸੱਸ ਦੇ ਨਾਲ ਲੜਦੀ ਸੀ, ਔਰ ਅੱਜ ਇਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸਦੇ ਕਿ ਇਹ ਬਿਹਾਰ ਦੀ ਰਹਿਣ ਵਾਲੀ ਹੈ। 9 ਸਾਲ ਪਹਿਲਾਂ ਇਸਨੇ ਵਿਆਹ ਕਰਵਾਇਆ ਸੀ ਤਾਂ ਘਰੇਲੂ ਕਲੇਸ਼ ਚੱਲਦੇ ਇਸਨੇ ਆਪਣੀ ਸੱਸ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ। ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ ਤੜਕਸਾਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਬਜ਼ੁਰਗ ਦੀ ਤਸਵੀਰ ਹੈ ਜਿਸ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਬਿਹਾਰ ਦੀ ਇਹ ਨੂੰਹ ਆ ਜਿਹੜੀ ਇਹ ਰਹਿਣ ਵਾਲੀ ਸੀ। ਦੱਸਦੇ ਕਿ ਕਾਤਿਲ ਔਰਤ ਦਾ ਪਤੀ ਤੇ ਉਸਦਾ ਵੱਡਾ ਭਰਾ ਸਵੇਰੇ 4 ਵਜੇ ਉੱਠ ਕੇ ਭੱਠੇ ਤੇ ਮਜ਼ਦੂਰੀ ਕਰਨ ਗਏ। ਉਹਨਾਂ ਦੇ ਚਲੇ ਜਾਣ ਮਗਰੋਂ ਇਸ ਨੂੰਹ ਨੇ ਆਪਣੀ ਸੱਸ ਦਾ ਕਤਲ ਕੀਤਾ। ਜਦੋਂ ਸਵੇਰੇ 6 ਵਜੇ ਚਾਹ ਲੈਣ ਆਇਆ ਤਾਂ ਬਜ਼ੁਰਗ ਔਰਤ ਦਾ ਵੱਡਾ ਲੜਕਾ, ਜੋ ਕਿ ਕਾਤਿਲ ਔਰਤ ਦਾ ਜੇਠ ਲੱਗਦਾ ਹੈ, ਉਸਨੇ ਦੇਖਿਆ ਕਿ ਮੰਜੇ ਤੇ ਉਸਦੀ ਮਾਂ ਖੂਨ ਦੇ ਨਾਲ ਲੱਥ-ਪੱਥ ਪਈ ਸੀ। ਨੂੰਹ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਕੀਤਾ ਸੁੱਤੀ ਪਈ ਸੱਸ ਤੇ ਹਮਲਾ, ਸੋ ਜਿਸ ਦੇ ਨਾਲ ਸੱਸ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਗੁਰਸੇਵਕ ਸਿੰਘ ਨੇ 9 ਸਾਲ ਪਹਿਲਾਂ ਬਿਹਾਰ ਦੀ ਰਹਿਣ ਵਾਲੀ ਇਹ ਲੜਕੀ ਚੰਦਰਮੁਨੀ ਦੇ ਨਾਲ ਵਿਆਹ ਕਰਵਾਇਆ ਸੀ, ਜਿਸ ਤੋਂ ਬਾਅਦ ਘਰ ਦੇ ਵਿੱਚ ਕਲੇਸ਼ ਚੱਲਦਾ ਸੀ, ਤਾਂ ਅੱਜ ਤੜਕਸਾਰ ਇਸ ਦੀ ਨੂੰਹ ਦੇ ਵੱਲੋਂ ਤੇਜ਼ ਧਾਰ ਹਥਿਆਰ ਮਾਰ ਕੇ ਸਾਗ ਕੱਟਣ ਵਾਲੀ ਦਾਤ ਦੇ ਨਾਲ ਕਤਲ ਕੀਤਾ ਗਿਆ। ਲਹਿਰਾ ਗਾਗਾ ਦੇ ਨਜ਼ਦੀਕੀ ਪਿੰਡ ਲਿਹਲ ਕਲਾਂ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ। ਨਾਮ ਹੈ ਜੀ ਮੇਰਾ, ਪਿੰਡ ਬੜੀ ਦੇਲ ਹੈ ਜੀ। ਤੁਹਾਡੀ ਮਾਤਾ ਦੀ ਹੱਤਿਆ ਹੋਈ ਹੈ, ਕੀ ਮਾਮਲਾ ਹੈ? ਤਾਂ ਜੀ ਅਸੀਂ 4 ਵਜੇ ਮੈਂ ਤੇ ਮੇਰਾ ਭਰਾ ਜੀ ਚਲੇ ਗਏ, ਪੱਠੇ ਤੇ ਚਲੇ ਗਏ ਜੀ। ਉਦੋਂ ਬਾਅਦ ਅਸੀਂ 6 ਵਜੇ ਕਹਿੰਦੇ ਚਲੋ ਚਾਹ ਲਿਆ, ਵੀ ਚਾਹ ਲਿਆ, ਅਸੀਂ ਚਾਹ ਲੈਣ ਵਗ ਗਏ ਜੀ। ਕਦ ਦੇਖਿਆ ਮੇਰੀ ਮਾਤਾ ਦੀ ਮੌਤ ਕਰੀ ਪਈ ਜੀ, ਮੇਰੀ ਭਰਜਾਈ ਨੇ, ਸੁਰਿੰਦਰ ਕੌਰ ਨੇ। ਕੋਈ ਲੜੇ ਪੜੇ ਨਹੀਂ ਜੀ, ਆਥਣੇ ਚੜ੍ਹੇ, ਰੋਟੀ ਪਕਾਈਏ, ਇਕੱਠਾ ਸਾਰਾ ਖਾਧਾ ਜੀ। ਕੋਈ ਬੋਲਿਆ ਨਹੀਂ, ਕੋਈ ਚੱਲਿਆ ਨਹੀਂ। ਤੜਕੇ ਵੀ ਚਾਹ ਪੀ ਕੇ ਜੀ ਅਸੀਂ ਠਾਲੀ ਬੁੜੀ ਵੀ, ਕੋਈ ਚੱਲ ਪਾਲਿਆ ਕਰਕੇ ਦੁਬਾਰੇ ਸੋ ਗਈ ਜੀ। ਜਾਂਦੇ ਹੁੰਦੇ ਦੇਖੇ 6 ਵਜੇ ਗਏ ਜੀ ਅਸੀਂ, ਮੌਤ ਉਹਦੀ ਹੋਈ ਪਈ ਜੀ। ਅੱਬੂ ਜੀ ਕਿੰਨੇ ਸਾਲ ਹੋ ਗਏ ਤੇਰੇ ਭਰਾ ਦੇ ਵਿਆਹ? ਹੋ ਗਏ ਜੀ 9 ਸਾਲ ਹੋ ਗਏ ਜੀ। ਕੋਈ ਜਾਂਦੇ ਸੀ ਵਧੀਆ ਰਹਿ ਜਾਏ ਤੇ ਜੀ, ਮਹੀਨਾ ਮਹੀਨੇ ਲਾ ਕੇ ਵੀ ਆਏ ਨੇ ਮੇਰੇ ਭਰਾ ਵੀ, ਉਹ ਵੀ ਬਿਹਾਰ ਕੀ ਹੈ ਜੀ, ਰੰਤੀ ਦਾ ਗਾ ਕੀ ਪਿੰਡ ਮੁੰਡ, ਮੈਂ ਨਾਮ ਨਹੀਂ ਜਾਣਦਾ ਜੀ ਉਹਦਾ। ਬੱਚਾ ਇੱਕ ਮੁੰਡਾ, ਇੱਕ ਕੁੜੀ ਹੈ ਜੀ ਵੱਡੀ 6 ਸਾਲ ਕੀ, ਮੁੰਡਾ 1.5 ਸਾਲ ਕਾ ਜੀ। ਹਾਂਜੀ ਕੋਈ ਲੜਾਈ ਹੋਈ ਘਰੇ? ਨਾ ਜੀ, ਜਮੀ ਲੜਾਈ ਨਹੀਂ ਹੋਈ ਜੀ, ਵੀ ਬੇਕਾਰ ਨਹੀਂ ਜੀ, ਸਭ ਲੜਾਈ ਹੁੰਦੀ ਹੈ, ਕਦੇ ਰਹਿੰਦੇ ਜੀ ਅਸੀਂ, ਕੋਈ ਲੜਾਈ ਨਹੀਂ, ਕੋਈ ਪੜ੍ਹਿਆ ਹੀ ਨਹੀਂ ਜੀ। ਹਾਂਜੀ ਕਾਹਦੇ ਨਾਲ ਕੀਤੀ ਹੈ ਮੌਤ? ਕੀ ਮਾਰੀ? ਇੱਕ ਦਾਤ ਹੈ ਜੀ, ਆਪਾਂ ਸਾਗ ਜੀਰ ਨਾਲ ਲੈ ਲੈਂਦੇ ਹਾਂ। ਪਹਿਲਾਂ ਤਾਂ ਮਾਰੀ ਸੱਬਲ ਸੁੱਤੀ ਪਈ ਦੇ। ਕਿੱਥੇ ਮਾਰੀ ਗਈ? ਇੱਥੇ ਮਾਰੀ, ਇੱਥੇ ਪੁੱਪੜੀ ਚ, ਇੱਥੇ ਸੱਬਲ ਮਾਰੀ, ਸੱਬਲ ਮਾਰ ਕੇ ਉਹਨਾਂ ਨੇ ਦਾਤ ਚੱਕ ਲਿਆ। ਕਿੱਥੇ ਲੱਗਿਆ ਦਾਤ? ਸਿਰ ਚ ਦਾਤ ਮਾਰਿਆ, ਕਿਤੇ ਗਲ ਚ ਮਾਰਿਆ, ਕਿਤੇ ਮਾਰਿਆ ਜੀ ਉਹਨੇ। ਕਈ ਵਾਰ ਕੀਤੇ? ਹਾਂ ਕਈ ਵਾਰ ਕੀਤੀ ਹੋਈ ਜੀ। ਫਿਰ ਉਹ ਹਸਪਤਾਲ ਲੈ ਕੇ ਗਏ? ਨਹੀਂ ਨਹੀਂ, ਉੱਥੇ ਮੌਤ ਹੋ ਰਹੀ ਜੀ, ਪਿੰਡਾਂ ਨੇ ਚੱਕਣੀ ਦਿੱਤੀ ਵੀ ਹੁਣ ਕੀ, ਕਿੱਥੇ ਜਾਓਗੇ ਤੁਸੀਂ, ਕੀ ਹੋਇਆ? ਉਹ ਥਾਣੇ ਦੇ ਵਿੱਚ ਹੈ ਜੀ ਹੁਣ। ਹਾਂਜੀ ਅੱਛਾ, ਹਾਂਜੀ ਕੀ ਕਾਰਵਾਈ
ਕਰਾ ਰਹੇ ਹੋ? ਕਰ ਪਰਾਈ ਜੇ ਅਸੀਂ ਜੇ ਕਦੀ ਸਾਡੀ ਮਾਂ ਤਾਂ ਮਾਰਤੀ ਜੀ, ਕੱਲ ਨੂੰ ਸਾਨੂੰ ਵੀ ਮਾਰ ਸਕਦੀ ਜੇ, ਬੱਚਿਆਂ ਨੂੰ ਵੀ ਮਾਰ ਸਕਦੀ ਜੇ। ਥਾਣੇ ਚ ਰਿਪੋਰਟ ਲਿਖਾਈ ਹੈ? ਹਾਂਜੀ, ਮੇਰੇ ਵੱਲੋਂ ਰਿਪੋਰਟ ਲਿਖਾਈ ਹੈ ਜੀ। ਕੀ ਮੰਗ ਕਰਦੇ ਹੋ? ਮੰਗ ਜੀ ਸਜ਼ਾ ਹੋਣੀ ਚਾਹੀਦੀ ਇਹਨੂੰ ਫੁੱਲ ਤੋਂ ਫੁੱਲ। ਕੀ ਨਾਮ ਹੈ ਪਿੰਡ ਕਿਹੜਾ? ਜੀ ਮੇਰਾ ਨਾਮ ਰਣਜੀਤ ਸਿੰਘ ਬਾਲੀ ਆ, ਮੈਂ ਇਸੇ ਪਿੰਡ ਲੇਲ ਕਲਾਂ ਦਾ ਸਾਬਕਾ ਸਰਪੰਚ ਹਾਂ। ਕੀ ਮਾਮਲਾ ਹੋਇਆ ਜਿਹੜਾ ਇੱਕ ਬਜ਼ੁਰਗ ਔਰਤ ਦੀ ਹੱਤਿਆ ਹੋਈ ਹੈ? ਇਹ ਜਿਹੜੀ ਬਜ਼ੁਰਗ ਔਰਤ ਪੂਰੀ ਕੌਰ ਦੀ ਹੱਤਿਆ ਹੋਈ ਹੈ, ਇਹ ਇਸਦੀ ਨੂੰਹ ਨੇ ਹੀ ਕੀਤੀ ਹੈ, ਅੱਜ ਸਵੇਰੇ ਪਤਾ ਲੱਗਿਆ ਜੀ। ਅਤੇ ਸਵੇਰੇ ਪਹਿਲਾਂ ਇਹਨਾਂ ਦੇ ਲੜਕੇ ਨੇ ਦੋ, ਇੱਕ ਵੱਡਾ ਲੜਕਾ ਇੱਕ ਛੋਟਾ, ਛੋਟੇ ਲੜਕੇ ਦੀ ਘਰਵਾਲੀ ਗਈ ਜਸਵਿੰਦਰ ਕੌਰ, ਇਹ ਪੱਠੇ 'ਤੇ ਚਲੇ ਗਏ, ਦੁਬਾਰਾ ਚਾਹ ਲੈਣ ਆਏ ਨੇ, ਉਦੋਂ ਆ ਕੇ ਇਹਨੂੰ ਇਹਦਾ ਵੱਡਾ ਭਰਾ ਸੁੱਖਾ ਸਿੰਘ ਨੂੰ ਪਤਾ ਲੱਗਿਆ ਕਿ ਮੇਰੀ ਮਾਤਾ ਦਾ ਕਤਲ ਕੀਤਾ ਗਿਆ ਹੈ ਇਹ ਗਲੀ 'ਚ। ਉਸ ਤੋਂ ਬਾਅਦ ਗਲੀ 'ਚ ਉੱਥੇ ਇਹਨਾਂ ਦੇ ਘਰ ਰੌਲਾ ਪੈ ਗਿਆ, ਅਸੀਂ ਮੌਕੇ 'ਤੇ ਜਾ ਕੇ ਦੇਖਿਆ, ਉੱਥੇ ਸਿਰ 'ਚ ਇੱਕ ਤਾਂ ਰਾੜ ਜਿਹਨੂੰ ਸੱਬਲ ਕਹਿੰਦੇ ਨੇ ਉਹਦੇ ਨਾਲ ਵਾਰ ਕੇ ਦਿੱਤਾ ਹੋਇਆ, ਇੱਕ ਪੁਰਪੜੀ 'ਚ ਤਾਰ ਪਾਰ ਕੀਤਾ ਹੋਇਆ, ਇੱਕ ਇੱਕ ਦਾਤਰ ਸਾਗ ਜੀ ਨਾਲ ਦਾਤ ਉਹਦੇ ਗਲ 'ਤੇ ਵਾਰ ਕੀਤਾ ਹੋਇਆ। ਇਹਦੇ ਦੋ ਬੱਚੇ ਨੇ ਜੀ, 9 ਕੁ ਸਾਲ ਪਹਿਲਾਂ ਇਹਦਾ ਮੈਰਿਜ ਹੋਈ ਸੀ ਇਸ ਪਿੰਡ। ਦੂਜੀ ਗੱਲ ਇਹ ਵੀ ਨਾਲ ਜੀ, ਇਹ ਪ੍ਰਵਾਸੀ ਔਰਤ ਹੈ ਜਿਹਨੂੰ ਕਿ ਆਪਾਂ ਭਈਆ ਕਹਿ ਦਿੰਦੇ ਨੇ। ਸਾਨੂੰ ਪੰਜਾਬੀਆਂ ਨੂੰ ਖਾਸ ਕਰਕੇ ਸਾਨੂੰ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ, ਘਰਾਂ 'ਚ ਰੱਖਣ ਤੋਂ ਗੁਰੇਜ਼ ਕੀਤਾ ਹੋਣਾ ਚਾਹੀਦਾ ਜੀ। ਅਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਸ 'ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ। ਹਾਂਜੀ, ਇਹ ਅੱਜ ਸਾਨੂੰ ਇਤਲਾਹ ਮਿਲੀ ਸੀ ਕਿ ਪਿੰਡ ਲੇਲ ਕਲਾਂ ਵਿਖੇ ਭੂਰੀ ਕੌਰ ਨਾਮ ਦੀ ਔਰਤ ਦਾ ਉਹਦੇ ਘਰ ਦੇ ਵਿੱਚ ਹੀ ਉਹਦੀ ਨੂੰਹ ਵੱਲੋਂ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਸੰਬੰਧ 'ਚ ਮੈਂ ਸਮੇਤ ਪੁਲਿਸ ਪਾਰਟੀ ਅਸੀਂ ਮੌਕੇ 'ਤੇ ਪਹੁੰਚੇ ਤਾਂ ਉੱਥੇ ਉਹ ਬਜ਼ੁਰਗ ਔਰਤ ਭੂਰੀ ਕੌਰ ਜਿਹਦੀ ਲਾਸ਼ ਉੱਥੇ ਮੰਜੇ 'ਤੇ ਪਈ ਸੀਗੀ ਖੂਨ ਨਾਲ ਲੱਥਪੱਥ, ਅਤੇ ਉੱਥੇ ਉਹਨਾਂ ਦੇ ਬੇਟੇ ਸੁੱਖਾ ਸਿੰਘ ਦਾ ਅਸੀਂ ਬਿਆਨ ਲਿਖ ਕੇ ਅਤੇ ਉਹਨਾਂ ਦੀ ਜਿਹੜੀ ਮਾਤਾ ਭੂਰੀ ਕੌਰ ਦੀ ਨੂੰਹ ਸੀ ਚੰਦਰਮੁਨੀ ਉਹਦੇ ਖਿਲਾਫ਼ ਅਸੀਂ ਕੇਸ ਦਰਜ ਕੀਤਾ 302 IPC ਤਹਿਤ। ਅਤੇ ਜਿਹੜੀ ਲਾਸ਼ ਹੈ ਉਹਦਾ ਅਸੀਂ ਮੁਆਇਨਾ ਕਰਕੇ ਫਾਰਮ ਭਰ ਕੇ ਜੋ ਸਾਡੀ ਕਾਰਵਾਈ ਹੁੰਦੀ ਹੈ ਉਹ ਕਰਕੇ ਅਸੀਂ ਲਾਸ਼ ਮੂਣਕ ਸਿਵਲ ਹਸਪਤਾਲ ਮੋਰਚਰੀ ਵਿੱਚ ਭੇਜੀ ਹੈ ਅਤੇ ਉਹਦਾ ਅਸੀਂ ਪੋਸਟਮਾਰਟਮ ਕਰਵਾ ਰਹੇ ਹਾਂ। ਅਤੇ ਇਹਦਾ ਕਾਰਨ ਕੀ ਦੱਸਿਆ ਗਿਆ ਸੀਗਾ ਵੀ ਕੀ ਕਾਰਨਾਂ ਕਰਕੇ ਜਿਹੜਾ? ਦੇਖੋ ਜੀ ਜੋ ਪਤਾ ਲੱਗਿਆ ਪਰਿਵਾਰ ਵੱਲੋਂ, ਹਾਂਜੀ ਹਾਂਜੀ, ਉਹ ਮਦਈ ਦੇ ਬਿਆਨ ਮੁਤਾਬਕ ਜਿਹੜਾ ਹੈਗਾ ਵੀ ਅਕਸਰ ਕਲੇਸ਼ ਕਰਦੀ ਰਹਿੰਦੀ ਸੀਗੀ ਮਾਤਾ ਨਾਲ ਆਪਣੀ ਸੱਸ ਨਾਲ, ਅਤੇ ਅੱਜ ਸੁਬਹਾ ਇਹ ਦੋਨੇ ਭਰਾ ਜਿਹੜੇ ਸੁੱਖਾ ਸਿੰਘ ਅਤੇ ਇੱਕ ਪੂਰੀ ਸੋਰੀ ਆਪਣਾ ਚੰਦਰਮੁਨੀ ਦਾ ਜਿਹੜਾ ਪਤੀ ਹੈ ਗੁਰਸੇਵਕ ਸਿੰਘ ਇਹ ਪੱਠੇ 'ਤੇ ਗਏ ਸੀਗੇ। ਉਸ ਤੋਂ ਬਾਅਦ 'ਚ ਸੁੱਖਾ ਸਿੰਘ ਚਾਹ ਲੈਣ ਆਇਆ ਤਾਂ ਆਉਂਦੇ ਨੂੰ ਉਹ ਸੱਬਲ ਨਾਲ ਉਹਦੇ ਵਾਰ ਕਰ ਰਹੀ ਸੀਗੀ ਅਤੇ ਉਹਦੇ ਗਰਦਨ 'ਤੇ ਵੀ ਵਾਰ ਸੀ ਪਹਿਲਾਂ ਮਾਰਿਆ ਸੀਗਾ। ਅਤੇ ਭੂਰੀ ਕੌਰ ਨੂੰ ਅਸੀਂ ਉਹਦੀ ਡੈੱਡ ਬੋਡੀ ਨੂੰ ਉੱਥੇ ਭੇਜ ਦਿੱਤਾ ਅਤੇ ਜਿਹੜੀ ਚੰਦਰਮੁਨੀ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਅਤੇ ਉਹਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਅਗਲੀ ਕਾਰਵਾਈ ਵਿੱਚ ਲਿਆਵਾਂਗੇ।